ਪਾਇਲਟ ਗਰੁੱਪ ਕੈਪਟਨ ਗੁਰਪ੍ਰੀਤ ਸਿੰਘ ਚੀਮਾ ਦਾ ਅੰਤਿਮ ਸੰਸਕਾਰ ਅੱਜ ਉਹਨਾਂ ਦੇ ਪਿੰਡ ਆਲੋਵਾਲ ਵਿਖੇ ਸਰਕਾਰੀ ਸਨਮਾਨਾਂ ਨਾਲ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਪਾਇਲਟ NCC ਦੀ ਟ੍ਰੇਨਿੰਗ ਦੌਰਾਨ ਜਹਾਜ਼ ਵਿੱਚ ਅਚਾਨਕ ਖਰਾਬੀ ਆਉਣ ਨਾਲ ਹਾਦਸਾ ਵਾਪਰਿਆ ਸੀ, ਜਿਸ ਵਿੱਚ ਪਾਇਲਟ ਚੀਮਾ ਦੀ ਮੌਤ ਹੋ ਗਈ, ਜਿਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਉਹਨਾਂ ਦੇ ਪਿੰਡ ਆਲੋਵਾਲ ਵਿਖੇ ਸਰਕਾਰੀ ਸਨਮਾਨਾਂ ਨਾਲ ਕਰ ਦਿੱਤਾ ਗਿਆ। ਇਸ ਮੌਕੇ SHO ਮਨਜੀਤ ਸਿੰਘ ਥਾਣਾ ਧਾਰੀਵਾਲ, ਜ਼ਿਲ੍ਹਾ ਗੁਰਦਾਸਪੁਰ ਦੇ DC ਅਤੇ ਕੈਪਟਨ ਸ਼ਮਸ਼ੇਰ ਸਿੰਘ, GOG ਟੀਮ ਬਲਾਕ ਧਾਰੀਵਾਲ ਕਮਲਪ੍ਰੀਤ ਸਿੰਘ ਅਤੇ ਹਲਕਾ ਕਾਦੀਆਂ ਜਥੇਬੰਦਕ ਸਕੱਤਰ ਸ਼੍ਰੋਮਣੀ ਅਕਾਲੀ ਦਲ ਗੋਰੇਕਵਾਲ ਸਿੰਘ ਮਾਹਲ ਅਤੇ ਆਮ ਆਦਮੀ ਪਾਰਟੀ ਦੇ ਹਲਕਾ ਕਾਦੀਆਂ ਇੰਚਾਰਜ ਡਾਕਟਰ ਕਮਲਜੀਤ ਸਿੰਘ KJ ਮੌਕੇ 'ਤੇ ਹਾਜ਼ਰ ਹੋਏ। ਅੱਜ ਅਸੀਂ ਸਾਰੇ ਸ਼ਹੀਦ ਗਰੁੱਪ ਕੈਪਟਨ GS ਚੀਮਾ ਜੀ ਨੂੰ ਸ਼ਰਧਾਂਜਲੀ ਦੇਣ ਲਈ ਆਏ ਸੀਗੇ। ਅਸੀਂ ਪਿੰਡ ਆਲੋਵਾਲ ਦੇ ਵਿੱਚ ਖੜ੍ਹੇ ਹਾਂ ਔਰ ਸਾਨੂੰ ਬਹੁਤ ਦੁੱਖ ਹੈ ਕਿ ਸਾਡੇ ਇਸ ਏਰੀਏ ਦੇ ਬਹੁਤ ਹੋਣਹਾਰ ਔਫੀਸਰ ਜਿਹੜੇ ਨੇ ਉਹ ਸ਼ਹੀਦੀ ਪਾ ਗਏ ਨੇ ਔਰ ਬੜੇ ਦੁੱਖ ਦੀ ਗੱਲ ਹੈ। ਔਰ ਦੇਖੋ ਇੰਨੇ ਅੱਛੇ ਅਫਸਰ ਨੇ, ਉਹ ਟ੍ਰੇਨਿੰਗ ਦੇ ਰਹੇ ਸੀ ਬੱਚਿਆਂ ਨੂੰ ਔਰ ਬੱਚਿਆਂ ਨੂੰ ਟ੍ਰੇਨ ਕਰਦੇ ਸੀ। ਇਸ ਗੱਲ ਦਾ ਪ੍ਰਾਊਡ ਵੀ ਹੈ ਕਿ ਉਹਨਾਂ ਨੇ ਆਪਣੇ ਦੇਸ਼ ਲਈ ਜਿਹੜੀ ਹੈਗੀ ਸ਼ਹੀਦੀ ਪਾਈ ਹੈ ਔਰ ਬੱਚਿਆਂ ਨੂੰ ਟ੍ਰੇਨ ਕਰਦੇ ਸੀਗੇ, ਬੱਚਿਆਂ ਨੂੰ ਟ੍ਰੇਨਿੰਗ ਦੇਣੀ, ਆਉਣ ਵਾਲੇ ਜਿਹੜੇ ਪਾਇਲਟ ਤਿਆਰ ਕਰ ਰਹੇ ਸੀਗੇ। ਸਾਨੂੰ ਇਸ ਗੱਲ ਦਾ ਮਾਣ ਹੈ, ਸਾਨੂੰ ਦੁੱਖ ਹੈ ਕਿ ਉਹ ਸਾਡੇ ਤੋਂ ਵਿਛੜ ਗਏ ਨੇ। ਅਸੀਂ ਵਾਹਿਗੁਰੂ ਅੱਗੇ ਬੇਨਤੀ ਕਰਾਂਗੇ ਕਿ ਉਹਨਾਂ ਦੀ ਜਿਹੜੀ ਵਿਛੜੀ ਰੂਹ ਹੈ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ਼ ਬਖਸ਼ੇ ਔਰ ਜਿਹੜਾ ਪਿੱਛੇ ਪਰਿਵਾਰ ਹੈਗਾ ਉਹਨਾਂ ਨੂੰ ਇਹ ਜਿਹੜਾ ਪਾਣਾ ਹੈਗਾ ਉਹ ਪਾਣਾ ਮੰਨਣ ਦਾ ਜਿਹੜਾ ਬਲ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੀਮਾ ਜੋ ਉਸ ਗਾਓਂ ਆਲੋਵਾਲ ਕੇ ਬੜੇ ਚਹੇਤਾ ਥੇ, ਗਾਓਂ ਸੇ ਜੁੜੇ ਹੋਏ ਥੇ, ਜਨਵਰੀ ਮੇਂ ਹੀ ਛੁੱਟੀ ਕਾਟ ਕਰ ਗਏ ਥੇ, ਮਾਂ ਕੇ ਲੀਏ ਕੋਟ ਲੈ ਕੇ ਆਏ ਥੇ ਔਰ ਮਾਂ ਨੇ ਵੀ ਕਿਹਾ ਥਾ ਕਿ ਬੇਟਾ ਜਬ ਵੀ ਤੂੰ ਇੱਧਰ ਜਹਾਜ਼ ਲੈ ਕੇ ਗੁਜ਼ਰੇ ਤੋ ਮੇਰੇ ਗਾਓਂ ਸੇ ਹੋ ਕੇ ਨਿਕਲਣਾ ਔਰ ਜਬ ਵੀ ਵੋ ਆਤੇ ਜਬ ਗਾਓਂ ਉਨਕਾ ਆਤਾ ਤੋ ਜਹਾਜ਼ ਕੋ ਬਿਲਕੁਲ ਨੀਚੇ ਲਿਆਤੇ ਔਰ ਮਾਂ ਛੱਤ ਪਰ ਖੜਾ ਹੋਕਰ ਆਪਣੇ ਬੇਟੇ ਕਾ ਦੀਦਾਰ ਕਰਤੀ। ਸੋ ਮੈਂ ਆਜ ਉਨਕੀ ਸ਼ਹਾਦਤ ਕੇ ਮੌਕੇ ਪਰ ਸਰਕਾਰ ਸੇ ਅਪੀਲ ਕਰਤਾ ਹੂੰ ਕਿ ਗਰੁੱਪ ਕੈਪਟਨ ਜਿਸ ਚੀਮਾ ਆਨੇ ਵਾਲੇ ਤੋ ਨਹੀਂ ਹੈ, ਵੋ ਦੇਸ਼ ਕੀ ਬਲੀ ਵੇਦੀ ਪਰ ਆਪਣੀ ਡਿਊਟੀ ਨਿਭਾਤੇ ਹੋਏ ਕੁਰਬਾਨ ਹੋ ਗਏ, ਲੇਕਿਨ ਮੈਂ ਚਾਹਤਾ ਕਿ ਉਨਕੀ ਯਾਦ ਕੋ ਤਾਜ਼ਾ ਰੱਖਣੇ ਹੇਤੂ ਉਨਕੇ ਗਾਓਂ ਮੇਂ ਕੋਈ ਐਸੀ ਯਾਦਗਾਰ ਬਣੇ ਤਾਂ ਕਿ ਇਸ ਗਾਓਂ ਕੀ ਜੋ ਯੁਵਾ ਪੀੜ੍ਹੀ ਹੈ ਆਪਣੇ ਉਸ ਕਮਾਂਡਰ ਸੇ ਪ੍ਰੇਰਣਾ ਲੇਕਰ ਭਾਰਤੀ ਸੈਨਾ ਕੀ ਸ਼ੋਭਾ ਬੜਾਏ ਔਰ ਖਾਸ ਕਰ ਉਨਕੀ ਬੇਟੀ ਜੋ ਵੈਸੇ ਨੇਵੀ ਮੇਂ ਜਾ ਚੁੱਕੀ ਹੈ, ਲੇਕਿਨ ਪੰਜਾਬ ਸਰਕਾਰ ਕਾ ਇੱਕ ਹੋਤਾ ਕਿ ਸ਼ਹੀਦ ਕੇ ਨੈਕਸਟ ਆਫ ਕਿਨ ਕੇ ਲੀਏ ਇੱਕ ਜੋਬ ਕਾ ਮਤਲਬ ਦਾਇਤਵ ਹੋਤਾ ਹੈ, ਜੋਬ ਦੇਣਾ ਮੰਨਤਾ ਹੈ। ਤੋ ਬੇਟਾ ਵੀ ਛੋਟਾ ਹੈ, TPS ਮੇਂ 13 ਸਾਲ ਕਾ ਬੱਚਾ ਹੈ, ਲੇਕਿਨ ਜਬ ਉਹ ਇਸ ਕਾਬਲ ਹੋ ਜਾਏਗਾ ਜੋਬ ਕੇ ਤੋ ਸਰਕਾਰ ਸੇ ਅਪੀਲ ਹੈ ਕਿ ਉਸਕੋ ਵੀ ਉਨਕੇ ਪਿਤਾ ਕੀ ਤਰ੍ਹਾਂ ਹੀ ਜੋਬ ਦੇ ਦੀ ਜਾਏ ਤਾਂ ਕਿ ਵੋ ਵੀ ਆਪਣੇ ਪਿਤਾ ਕੇ ਸਪਨੋ ਕੋ ਸਾਕਾਰ ਕਰ ਸਕੇ। ਲੱਗ ਰਿਹਾ ਹੈਪੀ ਪ੍ਰਾਊਡ ਮੇਰੇ ਬਾਪ ਨੇ ਕੁਰਬਾਨੀ ਕੀਆ, ਦੋ ਦਿਨ ਪਹਿਲੇ ਕਾਲ ਵੀ ਆਈ ਥੀ ਕਿ ਜਬ ਅਗਰ ਮੈਂ ਮਰ ਗਿਆ ਤੋ ਰੋਣਾ ਮਤ, ਅਬ ਵੋ ਸ਼ਹੀਦ ਹੋਏ ਹੈ, ਇੱਕ ਕੈਰਟ ਕੋ ਬਚਾਤੇ ਬਚਾਤੇ। ਕੋਈ ਸਰਕਾਰ ਸੇ ਕੋਈ ਐਸੀ ਅਪੀਲ ਜਾਂ ਮੰਗ ਕੋਈ? ਮੇਰੀ ਮੰਗ ਇਹ ਹੈ ਕਿ ਜੋ ਵਾਇਰਸ ਪਲੇਨ ਹੈ ਇਹ ਖਤਰੇ ਸੇ ਖਾਲੀ ਨਹੀਂ, ਇਸਸੇ ਪਹਿਲੇ ਵੀ 3-4 ਕ੍ਰੈਸ਼ਸ ਹੋ ਚੁੱਕੇ ਹੈ, ਹਮ ਚਾਹਤੇ ਹੈ ਕਿ ਇਸ ਪਲੇਨ ਕੋ ਕਿਸੀ ਔਰ ਅੱਛੇ ਟਾਈਪ ਕੇ ਮਾਡਲ ਸੇ ਰਿਪਲੇਸ ਕਰ ਲਿਆ ਜਾਏ। ਥੈਂਕ ਯੂ। ਠੀਕ ਹੈ ਬੇਟਾ। ਆਵਾਜ਼ੀ ਕੰਮ TV ਲਈ ਧਾਰੀਵਾਲ ਤੋਂ ਪੱਤਰਕਾਰ ਰਣਜੀਤ ਸਿੰਘ ਦੀ ਰਿਪੋਰਟ।